ਸਸਰੀਕਾਲ ਭਾਜੀ, ਅੱਜ ਕਿਵੇਂ ਥਾਣੇ ਦਾ ਰਾਹ ਭੁੱਲ ਗਏ? ਸ਼ੇਰ, ਸੱਪ ਤੇ ਛਲੇਡਾ ਕਦੇ ਆਪਣਾ ਰਾਹ ਨਹੀਂ ਭੁੱਲਦੇ ਬੇਲੀਆ। ਕੀ ਕਹਿੰਦਾ ਫਿਰ ਹਜ਼ੂਰ ਨੂੰ? ਹੁਣ ਸ਼ੇਰ ਸਮਝੀਏ, ਸੱਪ ਕੇ ਛਲੇਡਾ? ਜਿਹਨੂੰ ਜਿੰਨੀ ਕੁ ਸਮਝ ਹੁੰਦੀ ਹੈ ਉਹ ਹੀ ਸਮਝ ਲੈਂਦਾ ਬੇਲੀਆ। ਸਾਹਿਬ ਬਹਾਦਰ, ਇਹਨੇ ਠੇਕੇਦਾਰ ਸੁੱਚਾ ਸਿੰਘ, ਆਪਣੇ ਇਲਾਕੇ ਦੇ ਕਿੰਗ ਮੇਕਰ। ਤੂੰ ਦਰਸ਼ਨਾ ਬੜੇ ਪਾਸ ਦੇ ਦੇ ਭਾਊ, ਉਹਨਾਂ ਨੂੰ ਡੀਜ ਵਾੜਨ ਡਿਆ। ਅਸੀਂ ਜਾਣਦੇ ਹਾਂ ਖੇਡਾਂ ਸਾਰੀਆਂ ਇਹਨਾਂ ਦੀਆਂ। ਜਨਾਬ ਜੀ, ਇਲਾਕਾ ਹੀ ਭਾਜੀ ਦਾ, ਪੂਰੀ ਗਰਾਊਂਡ ਹੀ ਇਹਦੀ ਹੈ ਜੀ। ਜਿਵੇਂ ਮਰਜ਼ੀ ਫ੍ਰੀ ਹਿੱਟ ਮਾਰੇ, ਇਹਦਾ ਕੰਮ ਲੋਟ ਹੈ ਜਨਾਬ। ਠੇਕੇਦਾਰ ਨਵੇਂ ਰਕਸ਼ੇ ਨੂੰ ਸ਼ਿੰਗਾ ਰਿਹਾ ਫਿਰ। ਆਓ ਜੀ ਠੇਕੇਦਾਰ ਸਾਹਿਬ, ਲੰਘਿਓ, ਲਾਓ ਥਾਣੇ ਨੂੰ ਭਾਗ। ਵੈਸੇ ਵੀ ਸੁੱਚਾ ਖੁੱਲੀਆਂ ਖੇਡਾਂ ਖੇਡਦਾ, ਪਿੱਛੋਂ ਪੱਟੀ ਦੇ ਰਹਿਣ ਵਾਲੇ ਆ, ਬੜਾ ਉਤਰਾ ਇਲਾਕਾ। ਕੀ ਕਹਿੰਦਾ? ਮੇਰਾ ਨਾਮ ਮਨਜੀਤ ਸਿੰਘ ਵੜਾਇਆ ਚ ਹੈ ਜੀ, ਅਸੀਂ ਵੀ ਪਿੱਛੋਂ ਖੇਮ ਕਰਨ ਦੇ ਆ। ਇਲਾਕਾ ਤੇ ਸਾਡਾ ਵੀ ਕੋਈ ਬਹੁਤਾ ਵਧੀਆ ਨੀ ਸੁਣੀਦਾ। ਚੀਤੇ ਦੀ ਅੱਖ ਤੋਂ ਤੇ ਕੀੜੀ ਦੇ ਨੱਕ ਤੋਂ ਕੋਈ ਚੀਜ਼ ਗੁੱਜੀ ਨਹੀਂ ਰਹਿੰਦੀ। ਸੁੱਚਾ ਤੇਰੇ ਬਾਰੇ ਸਭ ਕੁਝ ਜਾਣਦਾ ਬੇਲੀਆ, ਇਸੇ ਕਰਕੇ ਤੈਨੂੰ ਮਿਲਣ ਆ ਗਿਆ। ਨਹੀਂ ਤਾਂ ਥਾਣੇਦਾਰ ਤਾਂ ਸਾਨੂੰ ਘਰ ਸਲਾਮਾ ਕਰਨ ਆਉਂਦੇ ਨੇ। ਕੀ ਕਹਿੰਦਾ? ਮੈਂ ਜਿਸ ਤਰ੍ਹਾਂ ਤੁਸੀਂ ਸਮਝਾਉਣ ਡੇ ਹੋ ਨਾ, ਜੀ ਤੇ ਕਰਦਾ ਵੀ ਤੁਹਾਡੀ ਚੰਗੀ ਤਰ੍ਹਾਂ ਸੇਵਾ ਕਰੀਏ ਸਵਾਰ ਕੇ। ਮੇਰਾ ਮਤਲਬ ਖਾਣ ਪੀਣ ਵਾਲੀ ਸੇਵਾ। ਲਿਆ ਕਾਕਾ ਚਾਹ ਨਾਲ ਕਲਾਕੰਦ। ਸੁੱਚਾ ਖਾਣ ਪੀਣ ਦਾ ਤਾਂ ਬਹੁਤ ਸ਼ੌਕੀਨ ਹੈ, ਪਰ ਅਸੀਂ ਬਰਫੀ ਤੇ ਚਾਹ ਨੂੰ ਮੂੰਹ ਨਹੀਂ ਮਾਰਦੇ। ਘਰ ਦੀ ਕੱਢੀ ਤੇ ਬੱਕਰੇ ਦੀ ਹੱਡੀ ਸਾਡੀ ਜੀਭ ਨੂੰ ਤਰ ਕਰਦੀ ਹੈ। ਕਦੀ ਸਾਡੇ ਘਰ ਆਈ, ਤੇਰੀ ਹਰ ਭੁੱਖ ਮਿਟਾਵਾਂਗੇ। ਕੀ ਕਹਿੰਦਾ? ਅੱਛਾ ਭਾਊ ਜੀ, ਬੰਦੇ ਤੁਸੀਂ ਜਿਸ ਤਰ੍ਹਾਂ ਦੇ ਵੀ, ਮੈਨੂੰ ਤੁਹਾਡਾ ਸਟਾਈਲ ਬੜਾ ਪਸੰਦ ਆਇਆ। ਜਿਵੇਂ ਜਿਸ ਤਰ੍ਹਾਂ ਦਾ ਤੁਹਾਡਾ ਪਹਿਰਾਵਾ ਔਰ ਜੋ ਤੁਹਾਡਾ ਗੱਲਬਾਤ ਦਾ ਸਟਾਈਲ ਆ, ਮੈਨੂੰ ਲੱਗਦਾ ਤੁਸੀਂ ਪਹਿਲਾਂ ਕਿਤੇ ਪੰਜਾਬੀ ਫਿਲਮਾਂ 'ਚ ਵੀ ਹੱਥ ਪੱਲਾ ਮਾਰਦੇ ਰਹੇ ਹੋ। ਬਸ ਇੱਥੇ ਆ ਕੇ ਕਿਸਮਤ ਦੀ ਘੁੱਗੀ ਤਾਣਾ ਨਹੀਂ ਚੁੱਕ ਸਕਿਆ। ਸੁੱਚਾ ਸਿੰਘ ਠੇਕੇਦਾਰ ਠੇਕੇਦਾਰੀ ਵਿੱਚ ਐਸਾ ਉਲਝਿਆ ਕਿ ਆਪਣੀ ਰੂਹ ਦੇ ਸ਼ੌਕ ਨੂੰ ਕਾਮਯਾਬੀ ਦੇ ਖੰਭ ਨਹੀਂ ਲਾ ਸਕਿਆ। ਕਿਹਨੂੰ ਕਹੀਏ,